ਗਮ ਵਿੱਚ ਨਾ ਰੋ ਬਾਬਾ ਮੈਂ ਕੁ ਦੱਸਿਆ ਮਹਿੰਦੀ ਵਾਲੇ ਹੱਥਾਂ 'ਚ ਰੱਸੀਆਂ ਕਿਵੇਂ ਪਾਵਣੀਆਂ ਨੇ ਜਿੱਥਾਂ ਲੱਥੇ ਅਕਬਰ ਦਾ ਬਾਬਾ ਉੱਥਾਂ ਕੁੱਠਾ ਨਹੀਂ ਜਿੱਥਾਂ ਕੁੱਠੇ ਉੱਥਾਂ ਦਫ਼ਨ ਨਹੀਂ ਜਿਹੜੇ ਜ਼ਾਹਿਰ ਹੋ ਗਵਈ ਡਿਵੇ ਅੱਧਾ ਮੀਲ ਬਣਦੇ ਮਕਤਲ ਤਈ ਅਕਬਰ ਦਾ ਬਾਬਾ ਟੁਰ ਕੇ ਨਹੀਂ ਆਇਆ ਅਰਕਾਂ ਦੇ ਬਾਹਰ ਜੂੰ ਟੁਰਿਆ ਕੋਈ ਨੇਜ਼ਾ ਮਾਰਿਆ ਕੋਈ ਤਲਵਾਰ ਮਾਰਿਆ ਸੈਯਦਾ ਕਿਉਂ ਹੁਣ ਤਾਂ ਕੁਝ ਨਾ ਆਖੋ ਮੈਂ ਧੀਆਂ ਨੂੰ ਮਿਲਣ ਪਿਆਵੇ ਨਾ ਬਲੋ ਨੇ ਕਰਾ ਤਿਆਰੀ ਰਲ ਕੇ ਮੁਕਾਨ ਦੇਨੇ ਲੱਥਾ ਬੈਠੇ ਗਰੀਬ ਆਧਾ ਬੈਠੇ ਹਲ ਮੈਂ ਨਾਸਿਰ ਯਨਸੁਰ ਨਾ ਹੇ ਕੋਈ ਮੈਂ ਗਰੀਬ ਦੀ ਮਦਦ ਕਰਨ ਵਾਲਾ ਡੇਰੇ ਵਾਲਿਓ ਗੁਰਬਤ ਦਾ ਹੋਕਾ ਹਰ ਕਹਿ ਸੁਣੇ ਜਿਵੇਂ 4 ਸਾਲ ਦੀ ਧੀ ਸੁਣੇ ਇਵੇਂ ਕਹਿ ਨਹੀਂ ਸੁਣਾ ਅੱਲਾ ਜਾਣੇ ਫੁੱਫੀਆਂ ਤੂੰ ਚੁਦਾਮਨ ਛੁੜਾ ਕੇ ਕਿਵੇਂ ਫੌਜਾਂ ਦਾ ਰਸ਼ ਅਬੂਰ ਕਰੇਂਦੀ ਹੋਈ ਪਿਓ ਦੇ ਕਰੀਬ ਆ ਖੜੀਏ ਪਹਿਲਾ ਜੁਮਲਾ ਅਦਾ ਪੀਆਂ ਮਿੰਬਰ ਦੀ ਕਸਮ ਹੱਥ ਜੋੜ ਕੇ ਹਰ ਅਜ਼ਾਦਾਰ ਦੀ ਮਿੰਨਤ ਆਈ ਪਹਿਲੇ ਵਹਿਣ ਤੇ ਰੋਵਣ ਨਾ ਆਵੇ ਇਤਨੀ ਹੈ ਜ਼ਰੂਰ ਕਰ ਛੋੜੇ ਨਾ ਲਾਲਾ ਤੇਰਾ ਗਵਾਹ ਬਣ ਵੰਜੇ ਧੀ ਪਿਉ ਦੇ ਕਰੀਬ ਆ ਖੜੀਏ ਇਡੂ ਉਹ ਜ਼ਾਲਮ ਹੈ ਜੈ ਅਲੀ ਦੀਆਂ ਧੀਆਂ ਦੇ ਵਾਲ ਖੁਲੈਨ ਬਲੋ ਨੇ ਆਦੇ ਕੇ ਲੱਗਦੀ ਏ ਸੈਯਦਾ ਦੇ ਲੱਗਦੀ ਤਾਂ ਧੀਏ ਕੁੱਤਾ ਦੇ ਤੂੰ ਟੁਰੇ ਨਹੀਂ ਜਮੇ ਟੋਰਾ ਬਲੋ ਨੇ ਸੈਯਦਾ ਦੇ ਲੱਗੀ ਵੰਜੇ ਵਡਾ ਜ਼ਾਲਮ ਏ ਜ਼ੁਲਮ ਕਰਨੇ ਤੈਂ ਬਰਦਾਸ਼ਤ ਨਹੀਂ ਕਰਨਾ ਦਈ ਨਾ ਲਾ ਕੇ ਟੁਰ ਪਈਏ ਹੁਸੈਨ ਸਰ ਸਜਦੇ 'ਚ ਰੱਖੇ ਸ਼ਿਮਰ ਮਲੌਨ ਨੇ ਬੋਸਾ ਗਾਏ ਮੁਹੰਮਦ ਦੀ ਪਹਿਲੀ ਬੇਅਦਬੀ ਕੀਤੀ ਹੈ ਦੀ ਉੱਤੇ ਆ ਝੜੀਏ ਮੈਂ ਸਵਾਲ ਕਰੇਲਾ ਜਦੋਂ ਬਾਬਾ ਕੁੱਠੇ ਬੱਚੀ ਦੀ ਉਮਰ ਕਿਤਨੀ ਆਈ ਡੇਰੇ ਵਾਲੇ ਉਮਰ ਦੇ ਬੱਚੇ ਗੈਰਾਂ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਦੇ ਅੱਲਾ ਜਾਣੇ ਗਰੀਬ ਦੀ ਧੀ ਕਿਵੇਂ ਡਿਠੋ ਸੀ ਪਹਿਲੀ ਦਰਬ ਚੱਲੀਏ ਕਾਤਿਲ ਦੀ ਮਿੰਨਤ ਕਰਕੇ ਆਦੀਏ ਨਮਾਰ ਮੈਂ ਗਰੀਬ ਦੀ ਛੋਟੀ ਧੀਆ ਭਲਾ ਨੇ ਜ਼ਾਲਿਮਾਂ ਦਾ ਇਨਾਮ ਦਾ ਲਾਲਚੇ ਜ਼ਰੂਰ ਮਰੇ ਸਾਵਤ ਬੈ ਪਾਸੂ ਲਈਏ ਹੱਥ ਜੋੜ ਕੇ ਆਦੀਏ ਜੇ ਜ਼ਰੂਰ ਮਰੇ ਲੈ ਵਤ ਤਸਾ ਨਾ ਮਾਰੀ ਖੂ ਪਾਣੀ ਪਿਲਾ ਲਈ ਨਾ ਦੇ ਪਿਆਸਾ ਮਰੇ ਸਾਵਤ ਬੈ ਪਾਸੂ ਲਈਏ ਹੱਥ ਜੋੜ ਕੇ ਆਦੀਏ ਜੇ ਪਿਆਸਾ ਮਰੇ ਲੈ ਦੁੱਖ ਤੇ ਮਰੇ ਲੈ ਵਤ ਗਰੀਬ ਦੀ ਧੀਓ ਕੇ ਤੇਰੀ ਮਿੰਨਤ ਕਰੇਂਦੀਆਂ ਟਿੱਬੇ ਦੇ ਬਾ ਲੈ ਵੰਜ ਸਾਹਮਣੇ ਗਰੀਬ ਦੀਆਂ ਭੇੜਾ ਖੜੀ ਹੈ ਓ ਤੂੰ ਜ਼ਰਾ ਮਰੇ ਨਾ ਓ ਕੁਰਾਨ ਚਾ ਨੌਕਰਾਂ ਨੌਕਰਾਂ ਬਾਬਾ ਨੌਕਰਾਂ ਹਰ ਅਜ਼ਾਦਾਰ ਦਾ ਨੌਕਰਾਂ ਜਿਨ੍ਹਾਂ ਦੀ ਛੋਟੀ ਔਲਾਦ ਏ ਜਦੋਂ ਬੱਚਾ ਤੇ ਔਖਾ ਵੇਲਾ ਵੇ ਵਤ ਮਾਣ ਵਾਲੇ ਰਿਸ਼ਤੇ ਜ਼ਿਆਦਾ ਯਾਦ ਆਉਂਦਾ ਜਦੋਂ ਬੱਚੀ ਡਿੱਠੇ ਜੋ ਕਾਤਿਲ ਨਹੀਂ ਮਲੇਂਦਾ ਨਜਾਬ ਤੋਂ ਮੂੰਹ ਕਰਕੇ ਆਦੀਏ ਦਾਦਾ ਯਾ ਅਲੀ ਜਲਦੀ ਆਦੀ ਯਤੀਮ ਪਈ ਆਉਂਦੀ ਹੈ ਹਕਲ ਨਜਾਬ ਪਹੁੰਚੀਏ ਮਜ਼ਾਰ ਹਲ ਗਈਏ ਆਮਦਿਨ ਖੈਰ ਦੀ ਉਹ ਵੀ ਬਾਬਾ ਨਹੀਂ ਬਚਦਾ ਉਹ ਜਵਾਨੋ ਜਦੋਂ ਬੱਚੀ ਡਿੱਠੇ ਨਾ ਕਾਤਿਲ ਮਲੇਂਦਾ ਨਾ ਡਾਡਾ ਕਰੋ ਸਵਾਲ ਅਕਬਰ ਦੋ ਗਈਏ ਯਾ ਕਾਸਮ ਦੋ ਕਹਿ ਸ਼ਹੀਦ ਦੀ ਲਾਸ਼ ਤੇ ਨਹੀਂ ਗਈ ਉਡੇ ਬਾਜ ਪਈਏ ਜਿੱਥਾਂ ਬਗੈਰ ਬਾਲੂਆਂ ਦੇ ਅਬਾਸ ਸੁੱਤਾ ਹੋਇਆ ਚਾਚੇ ਦੀ ਲਾਸ਼ ਨੂੰ ਗੱਲ ਲਾ ਕੇ ਆਦੀ ਅੱਖੀ ਵਾਲ ਦੀ ਯਤੀ ਬਲਾਵਨੇ ਨੌਕਰਾਂ ਨੌਕਰਾਂ ਬਾਬਾ ਕਰ ਤਿਆਰੀ ਆਖਰੀ ਵੇਣ ਜ਼ਿੰਦਗੀ ਦਾ ਪਤਾ ਕੋਈ ਨਹੀਂ ਅੱਬਾ ਦੀ ਲਾਸ਼ ਕਰਵਟ ਬਦਲ ਗਈ ਹੈ ਮੇਰੇ ਮਾਣ ਉਵੇਂ ਲਈ ਯਾਦ ਆਇਨ ਜਦੋਂ ਬਾਬਾ ਮਰ ਗਈ ਹੈ ਡੇਰੇ ਵਾਲੇ ਕਰੋ ਸਵਾਲ ਹੁਣ ਕਹਿ ਸ਼ਹੀਦ ਹੋ ਗਈ ਹੈ ਯਾ ਖੈਮੇ ਓ ਜਵਾਨੋ ਮੈਂ ਕੋ ਮਿੰਬਰ ਦੀ ਕਸਮ ਲਾ ਖੈਮੇ ਯੇ ਨਾ ਕਹਿ ਸ਼ਹੀਦ ਦੀ ਲਾਸ਼ ਤੇ ਅਸਗਰ ਦੀ ਭੇਣ ਉਤਾ ਖੜੀਏ ਜਿੱਥਾਂ ਪਿਓ ਦੇ ਗਲ ਤੇ ਜ਼ਰਬਾਂ ਪਈਆਂ ਚੱਲਦੀ ਹੈ ਸਤਵੀਂ ਜ਼ਰਬ ਚੱਲੀਏ ਵਸ ਨਹੀਂ ਲੱਗਦਾ ਪਿਓ ਦੇ ਕਾਤਲ ਦੇ ਖੰਜਾਰੀ ਚ ਹੱਥ ਬਾਦੈ ਕੀ ਕੁੱਤੇ ਦੇ ਬੱਚੇ ਖੰਜਰ ਜ਼ਮੀਨ ਤੇ ਰੱਖੇ ਖੱਬੇ ਹੱਥ ਨਾਲ ਅਸਗਰ ਦੀ ਭੇਣ ਦੇ ਦੋਏ ਹੱਥ ਨੱਬੇ ਨਾ ਸੱਜੇ ਹੱਥ ਨਾਲ ਹੀ ਤਮਾਚਾ ਮਾਰੇ ਬੱਚੀ ਦੇ ਮੂੰਹ ਚ ਨਿਕਲੇ ਹਯਾ ਕਰਿਆ ਮੈਂ ਗਰੀਬ ਦੀ ਛੋਟੀ ਨੌਕਰਾਂ ਬੀਬੀਆਂ ਦੀਆਂ ਹਯਾ ਕਰਿਆ ਦੀਆ
سامنے پیو کو کوئی نہ کرا نہ کرا بابا ضربہ چل دیا رہی ہے ندھی جھن دی رہی ہے ضربہ چل دیا رہی ہے ندھی جھن دی رہی ہے جدہ یار بھی ضرب چلی ہے توڑے جو ظالم آدھے میرا ہاتھ کم گیا ہے آدھے میں ڈٹائے حسین دلہ متحرے کو من لگائن میں سمجھے جو میں نے بدعا پیا دین دیا آدھے کالا کے سنے تو اولے اولے آواز بیان یہی جدہ مار گھنے وات اکبر دیر اللہ نے بلاؤنے نوکر بابا تیرا ضرب نال حسین کس گیا ہے ممبر دی قسم حسین دی شہادت تو بعد کربلا دی سرزمین تے دھنے سے بلند ہوئے بندہ میرے جندہ ہاتھ سرد نہیں آنا میں سمجھا بنا چاہنا جو نیزہ تے کھیڑی شہی ممبر دی عظمہ دی قسم پہلے نیزہ تے ای زخمی سر حسین دا دوجہ نیزہ تے یمال مسائب دیر دا اللہ نے کر ماتم تیرے مذہب اچھ ماتم جیلے پہلے نیزتے ہی زخمی سر حسین دا دوجہ نیزتے یوں ملوم سیب دیر دا حمید ریویج کریں دے میں ڈٹائے چار سال دی بچی اچھے جنٹی بیتے بن چڑیے نجاو دمو کر کے آدھیے دادا نبیان دی مدد کریں دا میں آسا دی غربت دیکھ دیکھ دادا خوشیاں دے تبال پہ وجہ دے میں دے پی دی لاش تے پہ گھوڑے بھج بھلاونے نوکرا اچھا نوکرا بابا دیکھ دادا خوشیاں دے تبل پہ وجہ دے میں دے پیو دی لاش تے پہ گھوڑے بھج دے اے وین میں دیا پرددار ماما تے بھیڑا سمجھے سن خیبر دادار دامن والا علی پوتری دے قریب آئے گالیچ بھائی باقی آدھے اجائی تے دیکھنا چو خون نہیں رکا رو کے آدھے کیا دا ساما کنڈیاں ہوں اے لگیا رہیا دور لہائے نے داج لٹ کی دونے خیمے بھی جلائے نے او چاچے دلاون دی دے رہی میری آپ کل شیر بیلول چھوٹی زرین دلار ریاض ملانکول